ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਨੂੰ ਜਿਹੜੇ ਬਜ਼ੁਰਗਾਂ ਨੂੰ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਹੈ ਉਸ ਨੂੰ ਲੈ ਕੇ ਸਵਾਲ ਉੱਠਦੇ ਰਹੇ ਨੇ ਅਤੇ ਕੁਝ ਬਜ਼ੁਰਗਾਂ ਦੇ ਵੱਲੋਂ ਅਤੇ ਉਹਨਾਂ ਦੇ ਘਰ ਵਾਲਿਆਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਂਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ ਪੈਨਸ਼ਨ ਦੇ ਲਈ ਕੀ ਕੁਝ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਸਕੀਮਾਂ ਦਿੱਤੀਆਂ ਜਾਂਦੀਆਂ ਨੇ, ਕਿਸ ਤਰ੍ਹਾਂ ਪੰਜਾਬ ਦੇ ਵਿੱਚ ਬਜ਼ੁਰਗਾਂ ਦੇ ਲਈ ਪੈਨਸ਼ਨ ਦੇ ਲਈ ਕ੍ਰਾਈਟੀਰੀਆ ਬਣਾਇਆ ਹੋਇਆ ਹੈ। ਇਸ ਨੂੰ ਲੈ ਕੇ ਪਿਛਲੇ ਸਮੇਂ ਜਦੋਂ ਪੰਜਾਬ ਦੇ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ, ਕੈਪਟਨ ਅਮਰਿੰਦਰ ਸਿੰਘ ਨੇ ਵੀ ਦਾਅ ਖੇਡਿਆ ਕਿ ਪੰਜਾਬ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ 2500 ਰੁਪਏ ਜਿਹੜੀ ਹੈ ਉਹ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਹੋਰ ਵੀ ਬਜ਼ੁਰਗਾਂ ਦੇ ਲਈ ਸੁਵਿਧਾਵਾਂ ਦੀ ਗੱਲ ਕੀਤੀ ਗਈ, ਪਰ ਆਖਿਰ ਅੱਜ ਜਿਹੜੇ ਹੈ ਉਹ 2 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਅਤੇ ਹੁਣ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਬਜ਼ੁਰਗਾਂ ਦੇ ਕੀ ਹਾਲਾਤ ਨੇ, ਕਿਸ ਤਰ੍ਹਾਂ ਪੈਨਸ਼ਨ ਆਉਂਦੀ ਹੈ, ਮਹੀਨੇ ਬਾਅਦ ਆਉਂਦੀ ਹੈ, 2 ਮਹੀਨੇ ਬਾਅਦ, 3 ਮਹੀਨੇ ਬਾਅਦ ਆਉਂਦੀ ਹੈ, ਜਾਂ ਕੀ ਸਮੱਸਿਆਵਾਂ ਨੇ। ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਹੈ ਬਜ਼ੁਰਗਾਂ ਦੇ ਲਈ 750 ਰੁਪਏ ਜਿਹੜੀ ਪੈਨਸ਼ਨ ਰੱਖੀ ਹੋਈ ਹੈ, ਇਸ ਤੋਂ ਪਹਿਲਾਂ 500 ਮਿਲਦੀ ਸੀ, ਹੁਣ 750 ਕੀਤੀ ਹੈ। ਪੰਜਾਬ ਸਰਕਾਰ ਦਾ ਵਾਅਦਾ ਸੀ ਕਿ 2500 ਕੀਤੀ ਜਾਵੇਗੀ, 2500 ਕਿਉਂ ਨਹੀਂ ਕੀਤੀ ਗਈ? ਹਾਲਾਂਕਿ ਜਿਸ ਤਰ੍ਹਾਂ ਮਹਿੰਗਾਈ ਦਾ ਦੌਰ ਚੱਲ ਰਿਹਾ, ਮਹਿੰਗਾਈ ਦਾ ਜ਼ਮਾਨਾ ਹੈ, ਉਸ ਨੂੰ ਲੈ ਕੇ ਵੀ ਬਜ਼ੁਰਗਾਂ ਦੀਆਂ ਕਾਫੀ ਸਮੱਸਿਆਵਾਂ, ਦਿੱਕਤਾਂ ਜਿਹੜੀਆਂ ਹੈ ਉਹ ਸਾਹਮਣੇ ਹੁੰਦੀਆਂ ਨੇ ਅਤੇ ਕੁਝ ਬਜ਼ੁਰਗ ਮੌਜੂਦ ਨੇ। ਮੋਹਾਲੀ ਦੇ ਅਸੀਂ ਪਿੰਡ ਮਜਾਤ ਦੇ ਵਿੱਚ ਪੁੱਜੇ ਹੋਏ ਹਾਂ ਅਤੇ ਇਸ ਮਜਾਤ ਪਿੰਡ ਦੇ ਬਜ਼ੁਰਗ ਵੀ ਸਾਡੇ ਨਾਲ ਨੇ, ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਦਿੱਕਤਾਂ ਜਾਂ ਬਜ਼ੁਰਗਾਂ ਨੂੰ ਸਮੱਸਿਆਵਾਂ ਪੇਸ਼ ਆ ਰਹੀਆਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਦਿਲਬਾਗ ਸਿੰਘ ਹੈ ਜੀ। ਅੱਛਾ ਦਿਲਬਾਗ ਜੀ, ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ, ਪੈਨਸ਼ਨ ਆਉਂਦੀ ਹੈ ਬਜ਼ੁਰਗਾਂ ਦੇ ਲਈ? ਬਜ਼ੁਰਗਾਂ ਦੀ ਪੈਨਸ਼ਨ ਆਉਂਦੀ ਜ਼ਰੂਰ ਹੈ ਜੀ, ਪਰ ਵਨ ਮੰਥ ਜਿਹੜੀ 1 ਮਹੀਨੇ ਵਿੱਚ ਆਉਣੀ ਜ਼ਰੂਰੀ ਚਾਹੀਦੀ ਹੈ। ਕੁਛ ਬਜ਼ੁਰਗਾਂ ਦਾ ਕਹਿਣਾ ਵੀ ਸਾਡੀ ਪੈਨਸ਼ਨ ਦੋ ਮਹੀਨੇ ਦੀ ਲਗਾਤਾਰ ਪੈਨਸ਼ਨ ਆਉਂਦੀ ਹੈ, ਇਹਨਾਂ ਦਾ ਕੋਈ ਰੀਜ਼ਨ ਜਾਂ ਕਾਰਨ ਹੋਣਾ ਚਾਹੀਦਾ। ਜਦੋਂ ਇੱਕ ਮਨੁੱਖ ਨੂੰ, ਬਜ਼ੁਰਗ ਨੂੰ 1 ਮਹੀਨੇ ਦੀ ਤਨਖਾਹ ਪੈਨਸ਼ਨ ਜੇ ਨਹੀਂ ਮਿਲਦੀ ਹੈ ਤਾਂ ਉਹਦਾ ਗੁਜ਼ਾਰਾ ਕਰਨਾ ਉਹਦੇ ਲਈ ਬਹੁਤ ਮੁਸ਼ਕਲ ਹੈ। ਜਦਕਿ ਉਹਨੂੰ ਉਸ ਮਹੀਨੇ ਦੇ ਵਿੱਚ 2-4 ਤਰੀਕ ਐਕਸਟਰਾ ਹੋ ਸਕਦੀ ਹੈ, ਉਹਦੀ ਉਹਨੂੰ ਪੈਨਸ਼ਨ ਮਿਲਣੀ ਬਹੁਤ ਜ਼ਰੂਰੀ ਹੈ। ਜਿਹੜੀ 2 ਮਹੀਨੇ ਦੀ ਪੈਨਸ਼ਨ ਮਿਲਦੀ ਹੈ ਤਾਂ ਬਜ਼ੁਰਗ ਦਾ ਮੁਸ਼ਕਲ ਹੈ ਗੁਜ਼ਾਰਾ ਕਰਨਾ। ਕਿੰਨੀ ਪੈਨਸ਼ਨ ਮਿਲਦੀ ਹੈ? ਪੈਨਸ਼ਨ 750 ਰੁਪਏ ਪ੍ਰਤੀ ਮਹੀਨਾ ਮਿਲਦੀ ਹੈ ਜੀ। ਬਹੁਤ ਹੈ? ਨਹੀਂ ਜੀ, ਇਹ ਬਹੁਤ ਘੱਟ ਹੈ ਜੀ, ਇਹਦੇ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਜੇ ਮਹਿੰਗਾਈ ਦੇਖੀ ਜਾਵੇ, ਅੱਜ ਜੇ ਸਰ੍ਹੋਂ ਦੇ ਤੇਲ ਦੀ ਸਿਸਤੀ ਲਏ ਉਹ ਵੀ 100 ਰੁਪਏ ਦੀ ਸਿਸਤੀ ਆਉਂਦੀ ਹੈ ਜੀ। ਇਹ ਗੁਜ਼ਾਰਾ ਕਰਨਾ ਬਹੁਤ ਹੈ, ਜਿਹਦੇ 2-4 ਨੇ, 2 ਮਾਲਕ ਤੀਮੀ ਵੀ ਹੈਗੇ ਤਾਂ ਉਹ ਵੀ ਨਹੀਂ ਗੁਜ਼ਾਰਾ ਕਰ ਸਕਦੇ ਜੀ। ਇੱਕ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਜਿਹੜੇ ਗੁਆਂਢੀ ਸੂਬੇ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਪੰਜਾਬ ਦੇ ਨਾਲੋਂ ਜ਼ਿਆਦਾ ਬਜ਼ੁਰਗਾਂ ਦੇ ਲਈ ਪੈਨਸ਼ਨ ਰੱਖੀ ਗਈ ਹੈ ਉੱਥੋਂ ਦੀਆਂ ਸਰਕਾਰਾਂ ਨੇ। ਹੁਣ ਪੰਜਾਬ ਸਰਕਾਰ ਜਦੋਂ 2017 ਦੀ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਬਣੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ 2500 ਰੁਪਏ ਰੱਖੀ ਗਈ ਹੈ, ਪਰ ਮਿਲ 750 ਰਹੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਅਜੇ ਵੀ ਹੱਥ ਘੁੱਟ ਰਹੀ ਹੈ ਬਜ਼ੁਰਗਾਂ ਦੇ ਲਈ? ਠੀਕ ਹੈ, ਜਿਹੜੇ ਸਰਕਾਰ ਨੇ ਵਾਅਦਾ ਕੀਤਾ ਹੈਗਾ, ਤੁਸੀਂ ਸਵਾਲ ਕੀਤਾ 2500 ਰੁਪਏ ਪੈਨਸ਼ਨ ਦਾ, ਵੀ 2500 ਰੁਪਇਆ ਪੈਨਸ਼ਨ ਦੇਣਗੇ, ਇਹ ਤਾਂ ਉਹਨਾਂ ਨੇ ਆਪਣੀ ਸੋਚ ਨਾਲ ਕੀਤਾ ਨਾ, ਦੇਣਾ ਸਰਕਾਰ ਦਾ ਕੰਮ ਹੈਗਾ। ਇਹ ਪਬਲਿਕ ਨੂੰ ਜੋ ਵੀ ਸਟੈਂਡ ਦਿੱਤਾ ਗਿਆ, ਪੁੱਛਿਆ ਗਿਆ ਹੈ, ਇਹ ਪਬਲਿਕ ਨੂੰ ਹੀ ਪੁੱਛਣਾ ਚਾਹੀਦਾ ਸੀਗਾ ਵੀ ਜਦੋਂ ਵੋਟਾਂ ਪਾਈਆਂ ਹੈਗੀਆਂ ਤਾਂ ਤੁਸੀਂ ਇੱਕ ਦਿੱਤਾ ਗਿਆ ਸੀ 2500 ਰੁਪਏ ਪੈਨਸ਼ਨ ਦੇਵਾਂਗੇ, ਟਾਈਮ ਹੈਗਾ, ਹੁਣ ਵੀ ਦੇਣ ਦਾ ਮੌਕਾ ਤਾਂ ਦੇ ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। 2500 ਰੁਪਏ ਇਹਨਾਂ ਨੂੰ ਪੈਨਸ਼ਨ ਮਿਲਣੀ ਚਾਹੀਦੀ, ਆਪਣੇ ਵਾਅਦੇ 'ਤੇ ਇਹਨਾਂ ਨੂੰ ਪੂਰੇ ਉਤਰਨਾ ਚਾਹੀਦਾ, ਖਰੇ ਪੰਜਾਬ ਸਰਕਾਰਾਂ ਨੂੰ ਖਰੇ ਉਤਰਨਾ ਚਾਹੀਦਾ। ਅੱਛਾ, ਪੰਜਾਬ ਸਰਕਾਰ ਕਹਿ ਰਹੀ ਹੈ ਕਿ 750 ਰੁਪਇਆ ਰੱਖੀ ਗਈ ਹੈ ਅਤੇ ਫਿਲਹਾਲ ਖਜ਼ਾਨਾ ਖਾਲੀ ਹੋਣ ਦੇ ਦਾਅਵੇ ਕਰ ਰਹੀ ਹੈ, ਤੁਹਾਨੂੰ ਲੱਗਦਾ ਕਿ ਖਜ਼ਾਨੇ ਦਾ ਲੈਣਾ ਦੇਣਾ ਬਜ਼ੁਰਗਾਂ ਨੂੰ ਹੈ? ਜਦੋਂ ਦਾਅਵਾ ਕੀਤਾ ਸੀ ਕਿ 2500 ਦੇ ਦਿੱਤੀ ਜਾਵੇਗੀ, ਪਰ ਦਿੱਤੀ ਕਿਉਂ ਨਹੀਂ ਜਾਂਦੀ? ਬਜ਼ੁਰਗਾਂ ਨੂੰ ਤੰਗੀ ਪਰੇਸ਼ਾਨੀ ਜਿਹੜੀ ਹੈ ਸਮੱਸਿਆ ਸਾਹਮਣੇ ਆ ਰਹੀ ਹੈ। ਦੇਖੋ ਜੀ, ਇੱਕ ਪਰਿਵਾਰ ਨੂੰ ਚਲਾਉਣ ਦੇ ਵਾਸਤੇ ਹਰੇਕ ਚੀਜ਼ ਦਾ ਆਪਣੇ ਨੇ ਐਸਟੀਮੇਟ ਰੱਖਿਆ ਜਾਂਦਾ ਜੀ। ਜਦੋਂ ਸਰਕਾਰ ਨੇ ਇਸ ਚੀਜ਼ ਦਾ ਸੋਚ ਕੇ ਐਸਟੀਮੇਟ ਰੱਖਿਆ ਗਿਆ ਹੈਗਾ ਅਤੇ ਉਹਨਾਂ ਨੂੰ ਉਸੇ ਹਿਸਾਬ ਨਾਲ ਕਹਿਣਾ ਚਾਹੀਦਾ ਸੀ, ਉਸੇ ਹਿਸਾਬ ਨਾਲ ਇਹਨਾਂ ਨੂੰ ਇਹਨਾਂ ਦਾ ਹੱਕ ਬਣਦਾ ਤਾਂ ਉਹ ਦੇਣਾ ਚਾਹੀਦਾ ਸੀਗਾ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਬਹਾਦਰ ਸਿੰਘ ਜੀ। ਅੱਛਾ ਬਹਾਦਰ ਜੀ, ਤੁਹਾਡੇ ਘਰ ਦੇ ਵਿੱਚ ਬਜ਼ੁਰਗ ਹੋਏਗਾ ਕੋਈ? ਹੈਗੇ ਸਾਡੇ, ਤਾਂ ਜੇ ਪਿਲਸ਼ਨ ਮਿਲਦੇ ਆ ਜੀ ਤਾਂ 4-4 ਗੇੜੇ ਮਾਰਨੇ ਪੈਂਦੇ ਆ। 4-4 ਗੇੜੇ ਮੰਗਲਵਾਰ ਨੂੰ ਆ ਜਾਓ, ਅਗਲੇ ਨੂੰ ਆ ਜਾਓ, ਵੀ ਤੁਹਾਡੀ ਪੈਨਸ਼ਨ ਆਈ ਨਹੀਂ, ਕਈ ਵਾਰੀ ਆਈ, ਕਈਆਂ ਦੀ ਆਉਂਦੀ ਆ, ਕਈਆਂ ਦੀ ਨਹੀਂ ਆਉਂਦੀ। ਉਹ ਬਜ਼ੁਰਗ ਨੂੰ ਤੁਹਾਡੇ ਨਾਲ ਜਾਣਾ ਪੈਂਦਾ ਕਿ ਤੁਸੀਂ ਜਾਂਦੇ ਆ ਪੈਨਸ਼ਨ? ਪੈਂਦਾ ਜੀ, ਬਜ਼ੁਰਗਾਂ ਨੂੰ ਹੁਣ ਕਿੱਥੇ ਰੋਡ ਪਾਰ ਕਰੂਗੇ ਬਜ਼ੁਰਗ, ਇਹਨਾਂ ਨੂੰ ਲੈ ਕੇ ਜਾਣਾ ਪੈਂਦਾ, ਗੱਲ ਕਦੇ ਮੋਟਰਸਾਈਕਲ ਲੈ, ਕਦੇ ਕਿਸੇ ਕੋਲ ਜਾਓ, ਕਦੇ ਕਿਸੇ ਕੋਲ ਜਾਓ। ਅੱਛਾ, ਪੰਜਾਬ ਦੇ ਜਿਹੜੇ ਗੁਆਂਢੀ ਸੂਬੇ ਹੈਗੇ ਨੇ ਸਾਰਿਆਂ ਦੇ ਵਿੱਚ ਪੰਜਾਬ ਦੇ ਨਾਲੋਂ ਵੱਧ ਪੈਨਸ਼ਨ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ, ਅਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਹੈ ਉਹ ਮਰਦਾਂ ਦੇ ਲਈ, ਵਿਅਕਤੀਆਂ ਦੇ ਲਈ 65 ਸਾਲ ਉਮਰ ਰੱਖੀ ਹੋਈ ਹੈ, ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਵੱਲੋਂ ਜ਼ਿਆਦਾ ਉਮਰ ਰੱਖੀ ਹੈ ਪੈਨਸ਼ਨ ਦੇ ਵਾਸਤੇ? ਜ਼ਿਆਦਾ ਰੱਖੀ ਹੈ, ਇਹ ਤਾਂ ਹਰਿਆਣੇ 'ਚ ਜਿੱਦਾਂ ਮਿਲਦੀ ਹੈ ਪੈਨਸ਼ਨ, ਉੱਦਾਂ ਸਾਡੇ ਕੋਲ ਘੱਟ ਹੈ ਇਹ। ਮਤਲਬ ਜਿਹੜੇ ਬਜ਼ੁਰਗਾਂ ਨੂੰ ਹੁਣ ਵਾਅਦਾ ਕਰਿਆ ਸਰਕਾਰ ਨੇ ਵੀ 2500 ਰੁਪਇਆ ਪੈਨਸ਼ਨ ਕਰੂੰਗੇ, ਵੋਟਾਂ ਪਾਓ,
ਔਰ ਗਰੀਬਾਂ ਵਾਸਤੇ ਹੋਰ ਵੀ ਇਹਨਾਂ ਨੇ ਕਿਹਾ ਵੀ ਘਰ ਘਰ ਨੌਕਰੀ ਦਊਂਗੇ ਹੋਰ ਜੇ ਕੋਈ ਵਾਅਦਾ ਇਹਨਾਂ ਨੇ ਪੂਰਾ ਨਹੀਂ ਕਰਿਆ ਵੀ ਹਾਲਾਂਕਿ ਬਜ਼ੁਰਗਾਂ ਦੀ ਪੈਨਸ਼ਨ ਨਹੀਂ ਪੂਰੀ ਕਰੀ ਹੁਣ ਜਾਂਦੇ ਹਾਂ ਬਜ਼ੁਰਗ ਹੈਰਾਨ ਹੁੰਦੇ ਆ ਪੈਨਸ਼ਨ ਵਾਸਤੇ ਇਹਨਾਂ ਦੀ 2500 ਰੁਪਇਆ ਪੈਨਸ਼ਨ ਹੋ ਜਾਂਦੇ ਆਪਣਾ ਗੁਜ਼ਾਰਾ ਚਲਾ ਸਕਦੇ ਹਾਂ ਕਿਸੇ ਦੇ ਅੱਗੇ ਜਾਣ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਹੁਣ ਕੋਈ ਤਾਂ ਕੁਝ ਜਾਈਏ ਕਿ ਕੋਈ ਅਸੀਂ ਨਾ ਘਰਾਂ ਹੋਈਏ ਆਪਣਾ ਦਿਹਾੜੀ 'ਤੇ ਜਾਈਏ ਤੁਹਾਨੂੰ ਫਿਰ ਪੈਨਸ਼ਨ ਦੇ ਲਈ ਆਪਣੀ ਦਿਹਾੜੀ ਵੀ ਛੱਡਣੀ ਛੱਡਣੀ ਪੈਂਦੀ ਆ ਹਾਲਾਂਕਿ ਅਸੀਂ ਮਜ਼ਦੂਰੀ ਕਰਦੇ ਨਾ ਜਿੱਦਣ ਪੈਨਸ਼ਨ ਮਿਲਦੀ ਆ ਅਸੀਂ ਆਪਣੀ ਦਿਹਾੜੀ ਛੱਡ ਕੇ ਬਜ਼ੁਰਗਾਂ ਨੂੰ ਗੈਲ ਲੈ ਕੇ ਜਾਂਦੇ ਹਾਂ ਫਿਰ ਅੱਗੇ ਕਹਾਂ ਬੈਂਕ ਵਾਲੇ ਕਹਿ ਦਿੰਦੇ ਵੀ ਅੱਜ ਆਈ ਨਹੀਂ ਅਗਲੇ ਮੰਗਲਵਾਰ ਆ ਜਾਓ ਇਹਨਾਂ ਬੈਂਕ ਵਾਲੇ ਨੇ ਅੱਛਾ ਇੱਦਾਂ ਵੀ ਹੁੰਦਾ ਕਦੀ ਵੀ 2-3 ਮਹੀਨੇ ਦੀ ਪੈਨਸ਼ਨ ਨਹੀਂ ਆਉਂਦੀ ਹੋਵੇ ਇਕੱਠੀ ਪੈਨਸ਼ਨ ਆ ਜਾਂਦੀ ਹੋਵੇ ਜਾਂ 3-4 ਮਹੀਨੇ ਦੀ ਲੇਟ ਆਉਂਦੀ ਹੋਵੇ ਪਹਿਲਾਂ ਬਹੁਤ ਕੰਮ ਹੋਇਆ ਹੁਣ ਤਾਂ 2 ਮਹੀਨੇ ਦੀ ਚਲੋ ਆ ਜਾਂਦੀ ਆ ਅੱਛਾ 2-2 ਮਹੀਨਿਆਂ ਦੀ ਆਉਂਦੀ ਹੈ 3-3 ਮਹੀਨੇ 4-4 ਨਹੀਂ ਹੁਣ 2 ਮਹੀਨੇ ਦੀ ਆਉਂਦੀ ਹੈ 2 ਮਹੀਨੇ ਦੀ ਕਿਤੇ ਹੋਇਆ 2 ਮਹੀਨੇ ਮਗਰੋਂ ਪੈਨਸ਼ਨ ਆਉਂਦੀ ਆ ਫਿਰ ਵੀ ਕਈ ਵਾਰੀ ਬਜ਼ੁਰਗਾਂ ਆਉਂਦੇ ਜਿੱਦਾਂ ਸਾਡਾ ਹੁਣ ਟਾਈਮ ਨਹੀਂ ਹੈਗਾ ਅਸੀਂ ਚਲੇ ਜਾਂਦੇ ਹਾਂ ਹੁਣ ਫਿਰ ਬਜ਼ੁਰਗ ਜਾ ਨਹੀਂ ਸਕਦੇ ਕਈ ਵਾਰ ਅੱਛਾ ਫਿਰ 750 ਜਿਹੜੇ ਤੁਹਾਡੇ ਬਜ਼ੁਰਗ ਨੂੰ ਪੈਨਸ਼ਨ ਮਿਲਦੀ ਹੈ ਫਿਰ ਗੁਜ਼ਾਰਾ ਕਿਵੇਂ ਚੱਲਦਾ ਗੁਜ਼ਾਰਾ ਤਾਂ ਜੀ ਹੁਣ ਪਤਾ ਗਿਆ ਹੁਣ ਅਸੀਂ ਵੀ ਦਿਹਾੜੀਦਾਰ ਗੁਜ਼ਾਰਦਾ ਬਜ਼ੁਰਗ ਦਾ ਆਪੇ ਜਿਹੜਾ ਉਹਨਾਂ ਦੇ ਮਾੜਾ ਮੋਟਾ ਕਰਦੇ ਹਾਂ ਆਪਣਾ ਅਸੀਂ ਬਾਕੀ ਸਾਰਾ ਤਾਂ ਅਸੀਂ ਲਾਉਣਾ ਆਪਣੇ ਬਜ਼ੁਰਗਾਂ ਨੂੰ ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ ਪੈਨਸ਼ਨ ਨੂੰ ਲੈ ਕੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾਂ ਦੇ ਵਿੱਚ ਅਤੇ ਕੁਝ ਹੋਰ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਜੀ ਅੱਛਾ ਪ੍ਰਕਾਸ਼ ਜੀ ਪੈਨਸ਼ਨ ਦੇ ਲਈ ਕਿਸ ਤਰ੍ਹਾਂ ਦੇ ਜਿਹੜੇ ਆ ਸਰਕਾਰ ਦੇ ਵੱਲੋਂ ਤੁਹਾਡੇ ਦਿਲ ਤੱਕ ਪਹੁੰਚ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਪੈਨਸ਼ਨ ਦਿੱਤੀ ਜਾਂਦੀ ਹੈ ਜਾਂ ਮਹੀਨੇਵਾਰ ਦਿੱਤੀ ਜਾਂਦੀ ਹੈ ਜਾਂ 6 ਮਹੀਨੇ ਬਾਅਦ ਜਾਂ 3 ਮਹੀਨੇ ਕਿਸ ਤਰ੍ਹਾਂ ਅੱਗੇ ਤਾਂ ਜੀ ਮਿਲਦੀ ਤੀ ਲੇਟ ਹੈ ਹੁਣ ਮਹੀਨੇ ਬਾਅਦ ਆਉਂਦੀ ਹੈ ਕਈ ਮੰਗਲਵਾਰ ਨੂੰ ਮਿਲ ਜਾਂਦੀ ਕਈ ਨੂੰ ਮਿਲਦੀ ਨਹੀਂ ਫਿਰ ਜਾਣਾ ਪੈਂਦਾ ਜੀ ਹਾਂਜੀ ਪਰ ਤੁਹਾਨੂੰ ਮਿਲਦੀ ਹੈ ਕਿ ਹਾਂਜੀ ਹਾਂਜੀ ਕਿੰਨੀ ਮਿਲਦੀ ਹੁਣ 750 ਇਸ ਤੋਂ ਪਹਿਲਾਂ ਕਿੰਨੀ ਮਿਲਦੀ ਇਹ ਤਾਂ ਪਹਿਲਾਂ ਤਾਂ 500 ਹੀ ਮਿਲਦਾ ਤਾਂ ਜੀ ਇਹ ਤਾਂ ਲੱਗਦਾ ਕਿ 750 ਦੇ ਨਾਲ ਗੁਜ਼ਾਰਾ ਹੋ ਜਾਂਦਾ ਬਜ਼ੁਰਗ ਦਾ ਹੁਣ ਧੱਕੇ ਤੋਂ ਕੋਈ ਖਾ ਕੇ ਕਰਨਾ ਹੀ ਪੈਂਦਾ ਪੂਰਾ ਕਿਵੇਂ ਕਰਦੇ ਹੋ ਫਿਰ ਨਹੀਂ ਲੰਘੀ ਜਾਂਦਾ ਮਾੜਾ ਮੋਟਾ ਦੱਬ ਘੁੱਟ ਗਿਆ ਹੈ ਹਾਂਜੀ ਅੱਛਾ ਜਿਵੇਂ ਅੱਜ ਦੀ ਯੁੱਗ ਦੇ ਵਿੱਚ ਜ਼ਮਾਨੇ ਦੇ ਵਿੱਚ ਖਰਚੇ ਵਧੇ ਹੋਏ ਨੇ ਮਹਿੰਗਾਈ ਹੈ ਆਪਾਂ ਕਿਸੇ ਵੀ ਚੀਜ਼ ਨੂੰ ਲੈਣ ਜਾਂਦੇ ਹਾਂ ਬਾਜ਼ਾਰ ਦੇ ਵਿੱਚ ਤਾਂ ਆਮ ਤੌਰ 'ਤੇ 1000 ਰੁਪਏ ਨੂੰ ਵੀ ਅੱਜ ਕੱਲ੍ਹ ਕੁਛ ਸਮਝਿਆ ਨਹੀਂ ਜਾਂਦਾ 750 ਮਹੀਨੇ ਦੇ ਨਾਲ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਭਾਜੀ ਇੱਕਣੇ ਕਰੀ ਜਾਂਦੇ ਹਾਂ ਦੱਬ ਘੁੱਟ ਕੇ ਨਿਆਣੇ ਨਿਆਣੇ ਗੱਲਾਂ ਖਿੱਚ ਤੂੰ ਕਰਕੇ ਆਪਣੀ ਹਾਂਜੀ ਜੇਕਰ ਦੂਜੀ ਗੱਲ ਕੀਤੀ ਜਾਵੇ ਤਾਂ ਪੰਜਾਬ ਤੋਂ ਇਲਾਵਾ ਜਿਹੜੇ ਹੋਰ ਸੂਬੇ ਨੇ ਉੱਥੇ ਪੈਨਸ਼ਨ ਜਿਹੜੀ ਹੈ ਉਹ ਵੱਧ ਹੈਗੀ ਹੈ ਪੰਜਾਬ ਦੇ ਵਿੱਚ ਘੱਟ ਹੈਗੀ ਹੈ ਅਤੇ ਪੰਜਾਬ ਸਰਕਾਰ ਦੇ ਵੱਲੋਂ ਵਾਅਦਾ ਵੀ ਕੀਤਾ ਗਿਆ ਸੀ ਕਿ 2500 ਕੀਤੀ ਜਾਵੇਗੀ ਤੁਹਾਨੂੰ ਲੱਗਦਾ ਕਿ ਜਲਦ ਪੰਜਾਬ ਸਰਕਾਰ ਦੇ ਵੱਲੋਂ ਵਾਅਦਾ ਜਿਹੜਾ ਉਹ ਪੂਰਾ ਕਰ ਦੇਣਾ ਚਾਹੀਦਾ ਕਿਉਂਕਿ 7500 ਜਿਹੜੀ ਹੈ ਪੈਨਸ਼ 750 ਪੈਨਸ਼ਨ ਕਿਤੇ ਨਾ ਕਿਤੇ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਹਾਂਜੀ ਕਰਨਾ ਪੈਂਦਾ ਜੀ 2500 ਤਾਂ ਹੋਣਾ ਹੀ ਚਾਹੀਦਾ ਜੀ ਤਾਂ ਹੀ ਟਾਈਮ ਲੱਗੂਗਾ ਮਾੜਾ ਮੋਟਾ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਲਾਭ ਸਿੰਘ ਜੀ ਅੱਛਾ ਲਾਭ ਜੀ ਪਿੰਡ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਜ਼ੁਰਗਾਂ ਨੂੰ ਪੈਨਸ਼ਨ ਸਾਰੇ ਪਿੰਡ ਦੇ ਬਜ਼ੁਰਗਾਂ ਨੂੰ ਮਿਲਦੀ ਹੈ ਪੈਨਸ਼ਨ ਬਿਲਕੁਲ ਮਿਲਦੀ ਹੈ ਜੀ ਐਨ ਸਹੀ ਮਿਲਦੀ ਹੈ ਜੀ ਅਸੀਂ ਆਪ ਵੀ ਲੈਂਦੇ ਹਾਂ ਅਸੀਂ 750 ਰੁਪਏ ਲੈਂਦੇ ਹਾਂ ਪਰ ਮੰਥ ਸਾਨੂੰ ਵੀ ਮਿਲਦੀ ਹੈ ਅੱਛਾ ਸਾਢੇ ਸੱਤ ਸੌ ਦੇ ਨਾਲ ਫਿਰ ਕਿਸ ਤਰ੍ਹਾਂ ਗੁਜ਼ਾਰਾ ਹੋਵੇਗਾ ਕਿਸ ਤਰ੍ਹਾਂ ਖਾਣਾ ਪੀਣਾ ਰਹਿਣਾ ਸਹਿਣਾ ਕੱਪੜੇ ਤੱਕ ਕਿੰਨੀਆਂ ਜ਼ਰੂਰਤਾਂ ਹੁੰਦੀਆਂ ਨੇ ਕਿਉਂਕਿ ਅਮਾਊਂਟ ਵਿੱਚ ਬਹੁਤ ਮੁਸ਼ਕਲ ਹੈ ਪਰ ਧੂਕੜੀ ਸਾ ਹਰ ਇੱਕ ਬੰਦਾ ਕਰਦਾ ਆਪਣਾ ਡੰਗ ਟਪਾਈ ਜਾਂਦਾ ਲੇਕਿਨ ਇਹ ਸਰਕਾਰ ਨੇ ਸਰਕਾਰ ਦੀ ਜ਼ਿੰਮੇਵਾਰੀ ਕੀ ਹੈ ਸਰਕਾਰ ਦੀ ਜ਼ਿੰਮੇਵਾਰੀ ਇਹ ਸੀ ਜਦੋਂ ਕਿ ਕੈਪਟਨ ਸਰਕਾਰ ਆਈ ਹੈ ਇਹਨਾਂ ਨੇ ਵਾਅਦਾ ਕਰਿਆ ਸੀ ਵੀ 2-2.5 ਹਜ਼ਾਰ ਰੁਪਇਆ ਪਰ ਮੰਥ ਪੈਨਸ਼ਨ ਬੁਢਾਪਾ ਪੈਨਸ਼ਨ ਕਰਾਂਗੇ ਇਹਨਾਂ ਨੇ ਅੱਜ ਤੱਕ ਕਰੀ ਕੋਈ ਨਹੀਂ 2.5 ਸਾਲ ਲੰਘੇ ਅੱਗੇ ਪਤਾ ਨਹੀਂ ਕਰਨੀ ਆ ਜਾਂ ਨਹੀਂ ਕਰਨੀ ਇਹ ਹੋਣੀ ਚਾਹੀਦੀ ਹੈ ਕਦੀ ਜਦੋਂ ਕੋਈ ਅਧਿਕਾਰੀ ਆਉਂਦਾ ਹੈ ਪਿੰਡ ਦੇ ਵਿੱਚ ਕੋਈ ਮੰਤਰੀ ਆਉਂਦਾ ਹੈ ਕੋਈ ਵਿਧਾਇਕ ਆਉਂਦਾ ਜਾਂ ਹਲਕੇ ਦੇ ਕਿਸੇ ਵਿਧਾਇਕ ਦੇ ਨਾਲ ਕਾਂਗਰਸੀ ਵਿਧਾਇਕ ਦੇ ਨਾਲ ਗੱਲ ਨਹੀਂ ਕੀਤੀ ਕਿ ਸਾਡੀ ਪੈਨਸ਼ਨ ਵਧਾਈ ਜਾਵੇ ਜਾਂ ਕਿਸ ਤਰ੍ਹਾਂ ਇਹ ਗੱਲ ਨਹੀਂ ਜੀ ਕਰੀ ਕਦੇ ਹਾਂ ਜੇਕਰ ਗੱਲ ਕਰੀ ਜਾਵੇ ਤਾਂ ਇਸ ਪੈਨਸ਼ਨ ਤੋਂ ਇਲਾਵਾ ਸਰਕਾਰ ਕੋਈ ਸੁਵਿਧਾਵਾਂ ਦਿੰਦੀ ਹੈ ਬਜ਼ੁਰਗਾਂ ਦੇ ਲਈ ਜਾਂ ਜਿਵੇਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਕੋਈ ਨਿੱਜੀ ਹਸਪਤਾਲਾਂ ਦੇ ਵਿੱਚ ਸਰਕਾਰ ਦੇ ਵੱਲੋਂ ਬਜ਼ੁਰਗਾਂ ਦੇ ਲਈ ਇਲਾਜ ਦੇ ਲਈ ਦਵਾਈਆਂ ਦੇ ਲਈ ਇਹਦੇ ਵਿੱਚ ਇਸ ਤਰ੍ਹਾਂ ਜੀ ਵੀ ਜਿਹੜੇ ਨੀਲੇ ਕਾਰਡ ਬਣੇ ਆ ਅਤੇ ਦਾਲ ਨੀਲੇ ਕਾਰਡ ਕਿਹੜਾ ਸਾਰਿਆਂ ਦੇ ਬਣੇ ਆ ਨਹੀਂ ਸਾਰਿਆਂ ਦੇ ਨਹੀਂ ਬਣੇ ਜਿਨ੍ਹਾਂ ਦੇ ਵੀ ਬਣੇ ਗਰੀਬ ਆਦਮੀਆਂ ਦੇ ਬਣੇ ਆ ਉਹ ਲੇਕਿਨ ਤਕੜਾ ਬੰਦਾ ਤਾਂ ਆਪਣੇ ਕੋਲ ਤਾਂ ਪੈਸੇ ਲਾ ਕੇ ਵੀ ਇਲਾਜ ਕਰਾ ਲੂਗਾ ਜਿਹੜਾ ਗਰੀਬ ਬੰਦਾ ਉਹ ਤਾਂ ਫਿਰ ਆਟੇ ਵਾਲੇ 50,000 ਦੀ ਉਹਦੇ ਵਿੱਚ ਕੁਛ ਉਹਨਾਂ ਨੇ ਰੱਖੀ ਤੁਹਾਡਾ ਬਣਿਆ ਨੀਲਾ ਕਾਰਡ ਹਾਂਜੀ ਬਣਿਆ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਬਾ ਜੀ
ਕੀ ਨਾਮ ਹੈ ਜੀ ਤੁਹਾਡਾ? ਅਜਮੇਰ ਸਿੰਘ। ਅੱਛਾ ਅਜਮੇਰ ਸਿੰਘ ਜੀ, ਜੇਕਰ ਪੈਨਸ਼ਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਪੈਨਸ਼ਨ ਲਗਾਈ ਹੋਈ ਹੈ, ਬੁਢਾਪਾ ਪੈਨਸ਼ਨ, ਤੁਹਾਨੂੰ ਮਿਲਦੀ ਹੈਗੀ? ਨਾ ਜੀ, ਮਿਲਦੀ ਨਹੀਂ। ਕਾਰਨ ਕੀ, ਕਿਉਂ ਨਹੀਂ ਮਿਲਦੀ? ਦੋ ਵਾਰ ਫਾਰਮ ਭਰਦੇ, ਦੋ ਵਾਰ ਫਾਰਮ ਭਰ ਕੇ ਦੇ ਦੇ, ਗਾਹਾਂ ਦੇ ਫਿਰ ਭੈਣ ਚੋਂ ਕੱਟ ਦਿੰਦੇ। ਅੱਛਾ, ਉਹ ਕੱਟ ਦਿੰਦੇ ਹੈਗੇ, ਕੀ ਕਹਿੰਦੇ ਨੇ ਫਿਰ? ਮੈਂ ਉੱਥੇ ਦੱਸ ਗਿਆ, ਕਈ ਵਾਰ ਉੱਥੇ ਕੋਈ ਨਹੀਂ ਹੁੰਦਾ। ਨਹੀਂ, ਕਹਿੰਦੇ ਕੀ ਨੇ ਵੀ, ਕਿਉਂ ਕੱਟਦੇ ਨੇ, ਕਾਰਨ ਕੀ ਕਹਿੰਦੇ ਨੇ? ਪਤਾ ਨਹੀਂ ਲੱਗਦਾ, ਦੱਸਦੇ ਹੀ ਨਹੀਂ ਹੈ। ਫਿਰ ਪਿੰਡ ਦੇ ਕੋਈ ਮੁਹਤਬਰ ਬੰਦਿਆਂ ਦੇ ਨਾਲ, ਕਿਸੇ ਸਰਕਾਰੀ ਆਗੂ ਦੇ ਨਾਲ, ਕਿਸੇ ਨਾਲ ਰਾਬਤਾ ਕਾਇਮ, ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੈਨਸ਼ਨ ਕਿਉਂ ਨਹੀਂ ਕਰੇ? ਕਿਹਦੇ ਨਾਲ ਜੇ ਬੰਦੇ ਕੋਈ, ਹਾਂ ਪੰਚਾਇਤ ਨੂੰ ਕਹਿ ਰਹੇ ਅਸੀਂ ਜਾਊਂਗੇ ਜਾਊਂਗੇ। ਪੰਚਾਇਤ ਦੇ ਵਿੱਚ ਸਾਰੀ ਗੱਲ ਤੁਸੀਂ ਦੱਸ ਦਿੱਤੀ ਹੈਗੀ ਹੈ, ਫਿਰ ਕੀ ਕਹਿੰਦੀ ਪੰਚਾਇਤ? ਕਹਿੰਦੇ ਅਸੀਂ ਜਾਊਂਗੇ ਜੀ ਜਾਊਂਗੇ ਬਸ। ਕਿੰਨੀ ਉਮਰ ਬਾਬੇ ਤੁਹਾਡੀ? ਸੱਤਰ 51। ਅਤੇ 70 ਸਾਲ ਦੀ ਉਮਰ ਦੇ ਵਿੱਚ ਹੁਣ ਗੁਜ਼ਾਰਾ ਕਿਵੇਂ ਚੱਲਦਾ ਬਿਨਾਂ ਪੈਨਸ਼ਨ? ਗੁਜ਼ਾਰਾ ਹੁਣ ਅਸੀਂ ਨੇ ਕਰਨਾ ਪੈਂਦਾ। ਮਤਲਬ ਫਿਰ ਵੀ ਕਿਵੇਂ ਮੈਨੇਜ ਕਿਵੇਂ ਕਰਦੇ ਹੈਗੇ ਆ ਤੁਸੀਂ? ਮੋਟਾ ਕਰੀ ਜਾਂਦੇ ਮੁੰਡਿਆਂ ਦੇ ਆਸਰੇ ਦਿੱਤੇ ਹੋ। ਅੱਛਾ, ਕਹਿ ਰਹੇ ਨੇ ਕਿ ਦਵਾਈ ਸਰੀਰਕ ਤੌਰ 'ਤੇ ਵੀ ਤੁਸੀਂ ਦਰੁਸਤ ਨਹੀਂ ਹੈਗੇ, ਅਤੇ ਫਿਰ ਦਵਾਈ ਦੇ ਲਈ ਜਾਂ ਸਰਕਾਰ ਦੇ ਵੱਲੋਂ ਕੋਈ ਹੈਗੀ ਹੈ ਤੁਹਾਡੇ ਲਈ? ਕੋਈ ਦਵਾਈ ਨਹੀਂ, ਕੋਈ ਸਰਕਾਰੀ ਤੌਰ 'ਤੇ ਜਿਹੜਾ ਇਲਾਜ ਦੇ ਲਈ ਪ੍ਰਬੰਧ ਨਹੀਂ ਹੈਗਾ? ਨੀਲਾ ਕਾਰਡ ਦੀ ਗੱਲ ਕਰ ਰਹੇ ਸੀਗੇ ਭਾਈ ਸਾਹਿਬ, ਤੁਹਾਡਾ ਬਣਿਆ ਹੈਗਾ ਜੀ? ਫਿਰ ਉਸ ਦੇ ਨਾਲ ਕੋਈ ਸੁਵਿਧਾ ਮਿਲਦੀ ਹੈ? ਕੋਈ ਸੁਵਿਧਾ ਨਹੀਂ ਹੈ, ਨਾ ਕੋਈ ਪੁੱਛਦਾ ਲੱਗਦਾ ਨਹੀਂ ਜੀ। ਆਪਣੇ ਜਦੋਂ ਤੁਸੀਂ 60 ਸਾਲ ਤੋਂ ਘੱਟ ਸੀਗੇ, 58 ਸਾਲ ਤੋਂ, ਕੋਈ ਰੁਜ਼ਗਾਰ ਕਰਦੇ ਸੀਗੇ? ਸਬਜ਼ੀ ਵੇਚਦਾ ਤਾਂ ਮੈਂ। ਅੱਛਾ, ਸਬਜ਼ੀ ਕੰਮ ਕਰਦਾ। ਅਤੇ ਉਸ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ? ਨਾ ਜੀ, ਹੋਰ ਕੋਈ ਕੰਮ ਨਹੀਂ। ਫਿਰ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਹੈ ਪੈਨਸ਼ਨ ਸੰਬੰਧੀ ਜਾਂ ਕੋਈ ਹੋਰ, ਜਾਂ ਸਾਰੇ ਤਕਰੀਬਨ ਪੰਜਾਬ ਦੇ ਜਿੰਨੇ ਵੀ ਬਜ਼ੁਰਗ ਨੇ ਉਹਨਾਂ ਨੂੰ ਵੀ ਪੈਨਸ਼ਨਾਂ ਦੇ ਲਈ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ? 750 ਬੰਦੇ, 750 ਗੁਜ਼ਾਰਾ ਨਹੀਂ ਹੁੰਦਾ ਬੰਦੇ ਦਾ, ਘੱਟ ਤੋਂ ਘੱਟ ਵੀ 3000 ਜਾਂ 2500 ਦਾ ਹੋਣਾ ਚਾਹੀਦਾ। 3000 ਦੇ ਕੇ ਵੀ ਫਿਰ ਵੀ ਪੂਰੇ ਫੜਦੇ ਜੀ। ਬਹੁਤ ਬਹੁਤ ਧੰਨਵਾਦ। ਸੋ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਸਵਾਲ ਇਹ ਹੈ ਕਿ ਅੱਜ 70 ਸਾਲ ਬਾਅਦ ਵੀ ਇਹਨਾਂ ਨੂੰ ਪੈਨਸ਼ਨ ਕਿਉਂ ਨਹੀਂ ਮਿਲਦੀ? 70 ਸਾਲ ਦੀ ਉਮਰ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਸਰਕਾਰ ਦੇ ਵੱਲੋਂ ਕੋਈ ਸੁਵਿਧਾ ਨਹੀਂ ਦਿੱਤੀ ਗਈ, ਕਿਸੇ ਪ੍ਰਕਾਰ ਦੇ ਵੱਲੋਂ ਵੀ ਪੈਨਸ਼ਨ ਦੇ ਲਈ ਸਕੀਮ ਨਹੀਂ ਇਹਨਾਂ ਦੇ ਤੱਕ ਪਹੁੰਚਾਈ ਗਈ, ਆਖਿਰ ਕਿਉਂ ਇਹਨਾਂ ਨੂੰ ਵਾਰ ਵਾਰ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ? ਪਰ ਦੂਜਾ ਸਵਾਲ ਇਹ ਹੈ ਕਿ ਲਗਾਤਾਰ ਸਰਕਾਰ ਦੇ ਵੱਲੋਂ ਜਿਹੜੀ ਹੈ ਪੈਨਸ਼ਨ ਵਧਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਦਾਅਵੇ ਵੀ ਕੀਤੇ ਜਾਂਦੇ ਨੇ, ਪਰ ਉਹਨਾਂ ਦਾਅਵਿਆਂ ਦੇ ਵਿਚਕਾਰ ਅੱਜ ਆਖਿਰ ਪੰਜਾਬ ਦੇ ਇਹਨਾਂ ਬਜ਼ੁਰਗਾਂ ਨੂੰ ਪੈਨਸ਼ਨ ਦੇ ਲਈ ਮੁਹਤਾਜ ਕਿਉਂ ਹੋਣਾ ਪੈ ਰਿਹਾ ਹੈ? ਘੱਟ ਪੈਨਸ਼ਨ ਦੇ ਲਈ ਬਜ਼ੁਰਗ ਕਿਉਂ ਸ਼ਿਕਾਰ ਹੋ ਰਹੇ ਨੇ? ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਬ੍ਰੇਕ ਤੋਂ ਬਾਅਦ ਕੁਝ ਹੋਰ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਜਾਣਦੇ ਹਾਂ ਕਿ ਉਹਨਾਂ ਦੀ ਕਿਹੜੀ ਦਿੱਕਤ ਹੈ ਜਿਸ ਦੇ ਕਾਰਨ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ, ਜਾਂ ਫਿਰ ਮਿਲਦੀ ਹੈ ਤਾਂ ਘੱਟ ਪੈਨਸ਼ਨ ਦੇ ਕਾਰਨ ਕੀ ਨੇ? ਸੋ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਬਜ਼ੁਰਗਾਂ ਦੀ ਪੈਨਸ਼ਨ ਸੰਬੰਧੀ ਗੱਲਬਾਤ ਕਰ ਰਹੇ ਹਾਂ। ਜਿਵੇਂ ਤੁਸੀਂ ਬ੍ਰੇਕ ਤੋਂ ਪਹਿਲਾਂ ਕਾਫੀ ਬਜ਼ੁਰਗਾਂ ਦੀਆਂ ਪਰੇਸ਼ਾਨੀਆਂ, ਦਿੱਕਤਾਂ ਸੁਣੀਆਂ ਕਿ ਕਿਸੇ ਨੂੰ ਪੈਨਸ਼ਨ 750 ਮਿਲਦੀ ਹੈ, ਸਰਕਾਰ ਤੋਂ ਉਮੀਦ ਸੀ ਕਿ 2500 ਕਰੇਗੀ, ਪਰ 2500 ਨਹੀਂ ਕੀਤੀ, 250 ਰੁਪਇਆ ਵਧਾਇਆ, 500 ਤੋਂ ਬਾਅਦ 750 ਕੀਤੀ। ਅਤੇ ਉਸ ਤੋਂ ਬਾਅਦ ਕੁਝ ਅਜਿਹੇ ਬਜ਼ੁਰਗ ਵੀ ਨੇ ਕਿ 70 ਸਾਲ ਦੀ ਉਮਰ ਤੋਂ ਬਾਅਦ ਵੀ ਉਹਨਾਂ ਨੂੰ ਸਰਕਾਰੀ ਦਰਬਾਰਾਂ ਦੇ ਉੱਤੇ ਧੱਕੇ ਖਾਣ ਦੇ ਲਈ ਮਜਬੂਰ ਹੋਣਾ ਪਿਆ, ਵਾਰ ਵਾਰ ਜਿਹੜੀਆਂ ਹੈ ਮੁਸ਼ਕਤਾਂ ਤੋਂ ਬਾਅਦ ਸਰਕਾਰੀ ਦਰਬਾਰਾਂ ਦੇ ਵਿੱਚ ਪੈਨਸ਼ਨ ਦੇ ਲਈ ਜਾਣਾ ਪਿਆ, ਅਤੇ ਉੱਥੋਂ ਵੀ ਠੋਕਰਾਂ ਖਾ ਕੇ ਵਾਪਸ ਮੁੜਦੇ ਨੇ, ਪੈਨਸ਼ਨ ਨਹੀਂ ਲੱਗਦੀ। ਅਤੇ ਸਵਾਲ ਇਹ ਵੀ ਹੈ ਕਿ ਪੰਜਾਬ ਸਰਕਾਰ ਨੇ ਜੇਕਰ ਵਾਅਦਾ ਕੀਤਾ ਸੀ 2500 ਦੇਣ ਦਾ, ਤਾਂ ਉਹ ਵਾਅਦਾ ਕਿਉਂ ਨਹੀਂ ਪੂਰਾ ਕੀਤਾ ਗਿਆ? ਜਿੰਨੇ ਵੀ ਤਮਾਮ ਸੂਬੇ ਨੇ ਪੰਜਾਬ ਦੇ ਇਲਾਵਾ, ਉੱਥੇ ਵੀ ਪੈਨਸ਼ਨ ਮਿਲਦੀ ਹੈ, ਅਤੇ ਕੁਝ ਬਜ਼ੁਰਗ ਨੇ ਜਾਣਦੇ ਹਾਂ ਕਿ ਜੋ ਸਰਕਾਰ ਨੇ ਦਾਅਵੇ ਕੀਤੇ ਸਨ ਉਹਨਾਂ ਦਾਅਵਿਆਂ ਨੂੰ ਸਰਕਾਰ ਨੇ ਪੂਰਾ ਕੀਤਾ, ਜਾਂ ਫਿਰ ਇਹ ਉਸ ਦੇ ਲਈ ਕੀ ਸੋਚਦੇ ਨੇ, ਕਿਸ ਤਰ੍ਹਾਂ ਦੀ ਸਰਕਾਰ ਤੋਂ ਮੰਗ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਕੁਲਵੰਤ ਸਿੰਘ ਜੀ। ਅੱਛਾ ਕੁਲਵੰਤ ਜੀ, ਜਿਵੇਂ ਪਿੰਡ ਦੇ ਕਈ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਹੈ, ਬਹੁਤਿਆਂ ਦਾ ਕਹਿਣਾ ਕਿ ਪੈਨਸ਼ਨ ਮਿਲਦੀ ਹੈ, ਪਰ ਜਿੰਨੀ ਸਰਕਾਰ ਨੇ ਕਹੀ ਸੀ ਓਨੀ ਨਹੀਂ ਮਿਲਦੀ। ਫਿਰ ਵੀ ਮੈਂ ਇੱਕ ਸਵਾਲ ਇਹ ਕਰਨਾ ਚਾਹੁੰਦਾ ਕਿ 750 ਰੁਪਇਆ ਪੈਨਸ਼ਨ ਰੱਖੀ ਹੋਈ ਹੈ, ਗੁਜ਼ਾਰਾ ਹੋ ਜਾਂਦਾ 750 ਦੇ ਨਾਲ? ਹੁੰਦਾ ਜੀ, ਬਹੁਤ ਘੱਟ ਹੈ ਜੀ। ਸਰਕਾਰ ਨੇ ਤਾਂ ਆਪਣਾ 2500 ਦਾ ਵਾਅਦਾ ਕਰਿਆ ਤਾ, ਉਹ ਤਾਂ ਮੁੱਕਰ ਗਈ ਸਰਕਾਰ ਜਮਾਈ, 2 ਸਾਲ ਹੋ ਗਏ, ਕੋਈ ਇਹਨਾਂ ਨੇ ਉਹ ਨਹੀਂ ਕਰਿਆ, ਕੋਈ ਗਰੀਬ ਉਹ ਨਹੀਂ ਹੈਗਾ ਜੀ,
ਬਜ਼ੁਰਗ ਕਿਆ ਕਰੂਗੇ ਵਿਚਾਰੇ ਦੱਸੋ। ਅੱਛਾ ਪਿੰਡ ਦੇ ਕਈ ਅਜਿਹੇ ਬਜ਼ੁਰਗ ਨੇ ਜਿਹੜੇ ਇਕੱਲੇ ਰਹਿੰਦੇ ਨੇ, ਆਪਣੇ ਸਹਾਰੇ ਵੀ ਹੋਣੇ ਨੇ, ਪਰ ਸਵਾਲ ਇਹ ਹੈ ਕਿ ਜੇਕਰ ਆਪਣੇ ਸਹਾਰੇ ਨੇ ਕੋਈ ਦੂਜਾ ਸਹਾਰਾ ਹੈ ਨਹੀਂ ਤਾਂ 750 ਬਜ਼ੁਰਗ ਦਾ ਸਹਾਰਾ ਬਣੇਗਾ ਜਾਂ ਫਿਰ ਪੰਜਾਬ ਸਰਕਾਰ ਇੱਕ ਵਾਰ ਫਿਰ ਸੋਚ ਸਮਝ ਕੇ 2500 ਕਰਨ ਦੀ ਜਿਹੜੀ ਜਿਵੇਂ ਤੁਸੀਂ ਕਿਹਾ ਕਿ 2500 ਹੋਣੀ ਚਾਹੀਦੀ ਹੈ ਉਹ ਕਰੇਗੀ? ਲੱਗਦਾ ਨਹੀਂ ਜੀ ਹੈਗਾ ਕਰੂਗੀ। ਸਰਕਾਰ ਤਾਂ ਆਪੇ ਡਾਵਾਂਡੋਲ ਹੈ ਜੀ। ਡਾਵਾਂਡੋਲ ਕਿਵੇਂ? ਸਰਕਾਰ ਦਾ ਤਾਂ ਖਜ਼ਾਨਾ ਕਹਿੰਦੇ ਖਾਲੀ ਹੈ ਜੀ। ਖਜ਼ਾਨਾ ਖਜ਼ਾਨਾ ਕਿਵੇਂ ਪਤਾ ਲੱਗਿਆ ਖਜ਼ਾਨਾ ਖਾਲੀ ਹੈ? ਸਰਕਾਰ ਦੇ ਦਾਅਵੇ ਤੁਹਾਨੂੰ ਕਿਵੇਂ ਲੱਗਦੇ ਕਿ ਸੱਚ ਦੇ ਵਿੱਚ ਖਜ਼ਾਨਾ ਖਾਲੀ ਹੈਗਾ? ਹਾਂਜੀ, ਸੱਚ ਦੇ ਵਿੱਚ ਖਜ਼ਾਨਾ ਖਾਲੀ ਹੋਣ ਦਾ ਕਿਵੇਂ ਪਤਾ ਲੱਗਦਾ? ਖਬਰਾਂ 'ਚ ਸੁਣਦੇ ਹਾਂ ਜੀ ਖਜ਼ਾਨਾ ਖਾਲੀ ਹੈ, ਅਕਾਲੀ ਸਰਕਾਰ ਕਰ ਗਈ। ਅੱਛਾ, ਜਦੋਂ ਸਰਕਾਰ ਨੇ ਵਾਅਦਾ ਕੀਤਾ ਸੀ ਉਦੋਂ ਭਰਿਆ ਹੋਇਆ ਸੀ? ਹਾਂਜੀ, ਜਦੋਂ ਮਤਲਬ ਪੈਨਸ਼ਨ ਮਿਲਦੀ ਸੀਗੀ? ਮਿਲਦੀ ਸੀ, ਹਾਂ ਬਿਲਕੁਲ ਹੈ ਜੀ। 500 ਰੁਪਏ ਮਿਲਦੀ? ਹਾਂਜੀ ਹਾਂਜੀ, 500 ਮਿਲਦੀ ਸੀ। ਕਿਉਂ ਅਸੀਂ ਆਪ ਵੰਡਦੇ ਰਹੇ ਹਾਂ, ਸਾਬਕਾ ਪੰਚਾਇਤ ਮੈਂਬਰ ਰਹੇ ਹਾਂ ਜੀ। ਹਾਂਜੀ। ਅੱਛਾ, ਜਿਵੇਂ ਸਰਕਾਰ ਕਹਿੰਦੀ ਹੈਗੀ ਹੈ, ਹੁਣ ਮਹੀਨੇ ਦੀ ਮਹੀਨੇ ਮਿਲਦੀ ਹੈ ਕਿ ਹੁਣ 3-3, 4-4 ਮਹੀਨੇ ਬਾਅਦ ਮਿਲਦੀ ਹੈ? ਇੱਥੇ ਸਾਡੇ ਤਾਂ ਜੀ ਕੋਈ ਬਜ਼ੁਰਗ ਲਏ ਨਹੀਂ ਰਿਹਾ ਪੈਨਸ਼ਨ, ਬਜ਼ੁਰਗ ਹੈ ਨਹੀਂ, ਅਤੇ ਹੁਣ ਜਿਹੜੇ ਲੈ ਰਹੇ ਇਹਨਾਂ ਨੂੰ ਪਤਾ ਹੋਊਗਾ ਮਹੀਨੇ ਦੇ ਮਹੀਨੇ ਮਿਲਦੀ ਜਾਂ ਨਹੀਂ? ਇਹਨਾਂ ਨੇ ਤਾਂ ਕਿਹਾ ਵੀ ਕੋਈ 2 ਮਹੀਨੇ ਬਾਅਦ ਮਿਲਦੀ ਹੈ, ਪਰ ਮਿਲ ਜਾਂਦੀ ਹੈ, ਕਹਿੰਦੇ ਵੀ 2-3 ਮਹੀਨੇ ਬਾਅਦ, 2 ਮਹੀਨੇ ਬਾਅਦ, ਇਸ ਤਰ੍ਹਾਂ ਮਿਲਦੀ। ਹਾਂਜੀ, ਵਿਚਾਰੇ ਧੱਕੇ ਖਾਂਦੇ ਜਾਂਦੇ ਇਹ, ਕੋਈ ਬੱਸ 'ਤੇ ਜਾਂਦਾ, ਕੋਈ ਕੁਛ, ਐਂ ਵੀ ਲੱਗਦਾ ਵੀ ਪੈਨਸ਼ਨ ਲੈਂਦੇ ਲੈਂਦੇ ਆਪਣੀ ਨੇ ਕਿਤੇ ਮੌਤ ਗੁਆ ਬੈਠੇ ਜੀ, ਐਕਸੀਡੈਂਟ ਵੀ ਹੋ ਸਕਦਾ ਜੀ। ਅੱਛਾ, ਤੁਹਾਡੇ ਘਰ ਦੇ ਵਿੱਚ ਵੀ ਕੋਈ ਬਜ਼ੁਰਗ ਹੋਵੇਗਾ, ਪੈਨਸ਼ਨ ਮਿਲਦੀ ਹੈ? ਹੈਗਾ ਜੀ, ਮਿਲਦੀ ਹੈ ਉਹਨਾਂ ਨੂੰ ਪੈਨਸ਼ਨ? ਪੈਨਸ਼ਨ ਮਿਲਦੀ ਹੈ ਜੀ। ਅੱਛਾ, ਪੈਨਸ਼ਨ ਦੇ ਲਈ ਫਿਰ ਜਿਵੇਂ 750 ਰੁਪਇਆ ਰੱਖੀ ਹੋਈ ਹੈ ਸਰਕਾਰ ਦੇ ਵੱਲੋਂ, ਘੱਟ ਆ ਕਿ ਜਾਂ ਇੰਨੀ ਹੋਣੀ ਚਾਹੀਦੀ ਹੈ? ਇਹ ਤਾਂ ਵਧਣੀ ਚਾਹੀਦੀ ਹੈ ਜੀ, ਘੱਟ ਤੋਂ ਘੱਟ ਨਹੀਂ ਹੋਣੀ ਚਾਹੀਦੀ, 3000 ਰੁਪਇਆ ਹੋਣਾ ਚਾਹੀਦਾ ਘੱਟ ਤੋਂ ਘੱਟ। ਘੱਟ ਤੋਂ ਘੱਟ 3000 ਰੁਪਇਆ ਪੈਨਸ਼ਨ ਹੋਣੀ ਚਾਹੀਦੀ ਹੈ, ਪਰ ਸਰਕਾਰ ਤਾਂ ਕਹਿੰਦੀ ਖਜ਼ਾਨਾ ਖਾਲੀ ਹੈ, ਭਾਈ ਸਾਹਿਬ ਵੀ ਕਹਿ ਰਹੇ ਸੀ ਖਜ਼ਾਨਾ ਖਾਲੀ ਹੈ, ਫਿਰ 3000 ਕਿਵੇਂ? ਉਹ ਤਾਂ ਹੁਣ ਗੌਰਮੈਂਟ ਤੋਂ ਪਤਾ ਹੋਊਗਾ ਜੀ, ਜਾਂ ਵਾਅਦੇ ਕਰ ਜਾਏ ਵੀ ਪਤਾ ਹੋਵੇ। ਇਹ ਦੂਜੀ ਗੱਲ ਇਹ ਕਿ ਜਦੋਂ ਸਰਕਾਰ ਦੇ ਵੱਲੋਂ ਕ੍ਰਾਈਟੀਰੀਆ ਰੱਖਿਆ ਹੋਇਆ 65 ਸਾਲ ਦਾ, 58 ਦੀ ਰਿਟਾਇਰਮੈਂਟ ਹੈਗੀ ਹੈ, 58 ਨੂੰ ਕਹਿ ਕੇ ਵੀ ਤੁਸੀਂ ਬਜ਼ੁਰਗ ਹੋ ਗਏ ਉਹ ਰਿਟਾਇਰ ਹੋ ਜਾਓ, ਅਤੇ 65 ਸਾਲ ਦੀ ਉਮਰ ਤੱਕ ਪੈਨਸ਼ਨ ਲਗਾਈ ਜਾਂਦੀ ਹੈ, ਅਤੇ ਇਹ ਕ੍ਰਾਈਟੀਰੀਆ ਕਿਵੇਂ? 58 ਦੀ ਇੱਕ ਪਾਸੇ ਸਰਕਾਰ ਕਹਿੰਦੀ 58 ਦਾ ਰਿਟਾਇਰ, 58 ਦਾ ਬਜ਼ੁਰਗ, ਪੈਨਸ਼ਨ ਲਾਉਣ ਸਮੇਂ 65 ਸਾਲ ਦਾ ਬਜ਼ੁਰਗ ਕਿਵੇਂ, ਫਿਰ 7 ਸਾਲ ਦਾ ਬਜ਼ੁਰਗ ਤੁਹਾਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਜਾਂ ਪਿੰਡ ਦੇ ਵਿੱਚ ਬਜ਼ੁਰਗਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਉਹਨਾਂ 7 ਸਾਲਾਂ ਦੇ ਵਿੱਚ ਆਉਂਦੀਆਂ ਨੇ ਜਦੋਂ ਪੈਨਸ਼ਨ ਨਹੀਂ ਮਿਲਦੀ? ਪੈਨਸ਼ਨ ਹੁਣ ਨਹੀਂ ਮਿਲਦਾ, ਫਿਰ ਮਜ਼ਬੂਰੀਆਂ ਸਾਨੂੰ ਕਰਨੀਆਂ ਪੈਂਦੀਆਂ ਜੀ, ਕਿਸੋਂ ਫੜਦੇ ਧੜਨੇ ਪੈਂਦੇ ਜੀ, ਸਾਰੇ ਕੰਮ ਕਰਨੇ ਪੈਂਦੇ, ਵਿਆਜ ਚੱਕਣੇ ਪੈਂਦੇ ਪੈਸੇ। ਫਿਰ ਕੰਮ ਕਾਰ ਕਿਵੇਂ ਕਰਦੇ ਨੇ ਬਜ਼ੁਰਗ, ਆਪਣਾ ਗੁਜ਼ਾਰਾ ਕਿਵੇਂ ਚਲਾਉਂਦੇ ਨੇ ਜਿਹੜੇ ਪਿੰਡ ਦੇ ਬਜ਼ੁਰਗ ਨੇ? ਹੁਣ ਮਾੜਾ ਮੋਟਾ ਸਾਨੂੰ ਸਾਥ ਦੇਣਾ ਪੈਂਦਾ ਜੀ, ਹੁਣ ਸਾਡੇ ਮਾਂ ਬਾਪਾਂ ਸਾਨੂੰ ਤਾਂ ਦੇਖਣਾ ਪੈਂਦਾ ਉਹਨਾਂ ਵਾਸਤੇ। ਹਾਂ ਜੀ। ਸੋ ਕੁਝ ਹੋਰ ਬਜ਼ੁਰਗ ਵੀ ਮੌਜੂਦ ਨੇ, ਜਾਣਦੇ ਹਾਂ ਕਿ ਉਹਨਾਂ ਨੂੰ ਪੈਨਸ਼ਨ ਦੇ ਲਈ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰ ਦੇ ਵੱਲੋਂ ਜਾਗਰੂਕਤਾ ਦੇ ਲਈ ਅਭਿਆਨ ਚਲਾਏ ਜਾਂਦੇ ਨੇ, ਕਿਸ ਤਰ੍ਹਾਂ ਜਾਗਰੂਕ ਕੀਤਾ ਜਾਂਦਾ ਅਤੇ ਕਿਸ ਤਰ੍ਹਾਂ ਦੀ ਪੈਨਸ਼ਨ ਮਿਲਦੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਰਾਮਪੁਰਾ। ਤੁਹਾਨੂੰ ਮਿਲਦੀ ਹੈ ਪੈਨਸ਼ਨ? ਹਾਂਜੀ। ਕਿੰਨੀ ਮਿਲਦੀ ਹੈ? ਪੈਨਸ਼ਨ ਮਿਲਦੀ ਸਰਕਾਰੀ ਹੈ ਜੀ। ਅੱਛਾ, ਜਿਹੜੀ ਬੁਢਾਪਾ ਪੈਨਸ਼ਨ ਦੀ ਗੱਲ ਕਰੀਏ, ਇਹਨਾਂ ਬਜ਼ੁਰਗਾਂ ਦੀ ਮੈਂ ਗੱਲ ਕਰਦਾ, ਪਿੰਡ ਦੇ ਬਜ਼ੁਰਗ ਜਿਹੜੇ ਹੈਗੇ ਨੇ, ਤਾਂ ਸਰਕਾਰ ਦੇ ਵੱਲੋਂ ਜਿਹੜੀ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ 750 ਰੁਪਇਆ ਹੈਗੀ ਹੈ, ਗੁਜ਼ਾਰੇ ਦੇ ਲਈ ਬਹੁਤ ਹੈ? ਫਿਰ ਵੀ ਨਹੀਂ, ਕੋਈ ਗੁਜ਼ਾਰਾ ਹੁੰਦਾ ਹੀ ਨਹੀਂ ਗੁਜ਼ਾਰਾ ਜੀ, ਸਾਡਾ ਆਪਣਾ ਗੁਜ਼ਾਰਾ ਨਹੀਂ ਹੁੰਦਾ ਇੰਨੀ ਪੈਨਸ਼ਨ ਲੈ ਕੇ। 15,000 ਕਿਵੇਂ ਕਰਦੇ ਹੋਣਗੇ? ਇਹਨਾਂ ਦੇ ਦਿਹਾੜੀ ਜੋੜੀ ਚੱਲੀ ਜਾਂਦੀ ਵਿਚਾਰੇ ਇਸ ਤਰ੍ਹਾਂ। ਮੈਂ ਪਰ ਇੱਕ ਸਵਾਲ ਇਹ ਹੈ ਕਿ ਜਦੋਂ ਅਸੀਂ 58 ਸਾਲ ਦੀ ਸਰਕਾਰੀ ਮਾਇਨਿਆਂ ਅਨੁਸਾਰ 58 ਸਾਲ ਦੀ ਉਮਰ ਤੱਕ ਅਸੀਂ ਕੰਮ ਕਰਦੇ ਹਾਂ, ਹੱਡ ਤੋੜਵੀਂ ਮਿਹਨਤ ਕਰਕੇ, ਜਦੋਂ ਆਖਰੀ ਪੜਾਅ ਜਦੋਂ ਉਮਰ ਦਾ ਆਉਂਦਾ ਹੈ, ਤਾਂ ਉਦੋਂ ਹਰ ਇੱਕ ਬਜ਼ੁਰਗ ਨੂੰ ਇੱਕ ਸਹਾਰੇ ਦੀ ਲੋੜ ਹੁੰਦੀ ਹੈ, ਕਈਆਂ ਦਾ ਸਹਾਰਾ ਵੀ ਨਹੀਂ ਹੁੰਦਾ, ਤਾਂ ਉਦੋਂ ਉਸ ਬਜ਼ੁਰਗ ਦੇ ਲਈ ਸਰਕਾਰ ਆਪਣਾ ਉਹ ਜਿਹੜਾ ਬਜ਼ੁਰਗ ਹੁੰਦਾ ਹੈ ਸਰਕਾਰ ਵੱਲ ਗੁਹਾਰ ਲਗਾਉਂਦਾ ਹੈ, ਉਹ ਤੋਂ ਮਦਦ ਦੀ ਝਾਕ ਹੁੰਦੀ ਹੈ। 750 ਇੱਕ ਬਜ਼ੁਰਗ ਦੇ ਲਈ ਆਖਰੀ ਪੜਾਅ ਤੱਕ ਬਹੁਤ ਹੈ? ਨਹੀਂ, ਘੱਟ ਹੈ, ਬਹੁਤ ਘੱਟ ਹੈਗਾ। ਬਹੁਤ ਬਹੁਤ ਧੰਨਵਾਦ। ਤੁਹਾਨੂੰ ਮਿਲਦੀ ਹੈ? ਹਾਂਜੀ, ਮੈਨੂੰ ਮਿਲਦੀ ਹੈ। ਕਿੰਨੀ ਮਿਲਦੀ ਹੈ? ਮੈਨੂੰ ਮਿਲਦੀ ਜੀ 14,000। 14,000 ਕਿਵੇਂ? ਉਹ ਘਰ ਵਾਲੇ ਲੱਗੇ ਹੋਏ ਸੀ। ਸਰਕਾਰੀ ਪੈਨਸ਼ਨ ਜਿਹੜੀ ਬੁਢਾਪਾ ਪੈਨਸ਼ਨ ਮਿਲਦੀ ਹੈ ਘਰ ਦੇ ਵਿੱਚ? ਨਾ ਨਾ, ਉਹ ਨਹੀਂ ਜੀ ਮਿਲਦੀ, ਕਿਸੇ ਨੂੰ ਨਹੀਂ ਮਿਲਦੀ, ਨਾ ਮੈਨੂੰ ਵੀ ਨਹੀਂ ਲੱਗੀ ਦੀ ਹੈ। ਪਰ ਪਿੰਡ ਦੇ ਵਿੱਚ ਜਿਹੜੇ ਹੋਰ ਬਜ਼ੁਰਗ ਨੇ ਜਾਂ ਤੁਹਾਡੇ ਹੋਰ ਗਵਾਂਢ ਦੇ ਵਿੱਚ ਹੋਣਗੇ, ਉਹਨਾਂ ਨੂੰ ਪੈਨਸ਼ਨ ਦੇ ਲਈ ਕਿਸ ਤਰ੍ਹਾਂ ਦੀਆਂ ਦਿੱਕਤਾਂ ਜਾਂ ਪਰੇਸ਼ਾਨੀਆਂ ਆਉਂਦੀਆਂ ਨੇ? ਭੈਣੇ ਜੀ ਨੂੰ ਲੱਗੀ ਨਹੀਂ ਹੈਗੀ, 3 ਸਾਲ ਹੋ ਗਏ ਬੰਦ ਹੋਈ ਨੇ। ਲੱਗਿਆ ਉਹਨਾਂ ਨੇ ਵੀ ਕਿਉਂ ਬੰਦ ਕਰ ਦਿੱਤੀ? ਜੇ ਪਤਾ ਨਹੀਂ, ਕਾਲਜ ਲੈ ਕੇ ਜਾਈ, ਐਂਟਰੀ ਕਰਾਉਂਦੇ, ਕੁਛ ਨਹੀਂ ਆਈ ਨਹੀਂ, ਹੁਣ ਥਾਈ 3 ਸਾਲ ਹੋ ਗਏ ਮਿਲੀ ਨਹੀਂ ਹੈ। ਹਾਂ, ਮਿਲੀ ਨਹੀਂ ਹੈ ਹੁਣ ਥਾਈ, ਜਾਂ ਜਾਂਦੀ ਕਹਿੰਦੇ ਆਈ ਨਹੀਂ, ਪਿੱਛੋਂ ਨਹੀਂ ਆਈ ਹੈ ਜੀ। ਬਹੁਤ ਬਹੁਤ ਧੰਨਵਾਦ। ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਪੈਨਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਸਵਾਲ ਇਹ ਹੈ ਕਿ ਜਿਵੇਂ ਪੰਜਾਬ ਸਰਕਾਰ ਦੇ ਵੱਲੋਂ ਪੈਨਸ਼ਨ ਦੇ ਲਈ ਵਾਅਦੇ ਕੀਤੇ ਗਏ ਸਨ, ਦਾਅਵੇ ਵੀ ਕੀਤੇ ਗਏ ਸਨ, ਪਰ ਕੀ ਉਹ ਦਾਅਵੇ 2017
ਪੰਜਾਬ ਦੇ ਬਜ਼ੁਰਗਾਂ ਨੂੰ ਕਿਤੇ ਰਾਸ ਆਏ ਨੇ ਜਾਂ ਉਹਨਾਂ ਦਾਅਵਿਆਂ ਦੇ ਵਿਚਕਾਰ ਪੰਜਾਬ ਦੀ ਸਰਕਾਰ ਦੀ ਅਸਲ ਸੱਚਾਈ ਕੀ ਹੈ। ਪਰ ਸਾਡੇ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਆਖਿਰ ਉਹ ਜਿਹੜੇ ਬਜ਼ੁਰਗ ਨੇ ਆਖਰੀ ਪੜਾਅ ਤੱਕ ਪੁੱਜੇ ਹੋਏ ਨੇ, ਆਖਰੀ ਪੜਾਅ ਦੇ ਉੱਤੇ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾ ਰਹੇ ਨੇ, ਕਿਉਂਕਿ ਸਰਕਾਰ ਦੇ ਵੱਲੋਂ ਜਿਹੜੀ ਹੈ ਉਹ 2500 ਰੁਪਇਆ ਵਾਅਦਾ ਕਰਕੇ 750 ਤੱਕ ਜਿਹੜੀ ਹੈ ਪੰਜਾਬ ਸਰਕਾਰ ਰੁਕ ਗਈ ਹੈ। ਅਤੇ ਹੁਣ ਪੰਜਾਬ ਸਰਕਾਰ ਨੂੰ ਉਹ ਬਜ਼ੁਰਗ ਕਹਿ ਰਹੇ ਨੇ ਕਿ 2500 ਤੱਕ ਜਿਹੜਾ ਕੀਤਾ ਹੋਇਆ ਵਾਅਦਾ ਪੂਰਾ ਕਰੇ, ਕਿਉਂਕਿ ਬਜ਼ੁਰਗਾਂ ਦਾ ਆਖਰੀ ਪੜਾਅ ਹੁੰਦਾ ਹੈ ਜ਼ਿੰਦਗੀ ਦੇ ਵਿੱਚ। ਹੜ ਤੋੜਵੀਂ ਮਿਹਨਤ ਕਰਕੇ ਆਖਰੀ ਪੜਾਅ ਦੇ ਵਿੱਚ ਜਿਹੜੀ ਹੈ ਉਹ ਸਬਰ ਸੰਤੋਖ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਬਜ਼ੁਰਗ ਕੋਸ਼ਿਸ਼ ਕਰ ਰਹੇ ਨੇ। ਪਰ ਸਵਾਲ ਇਹ ਹੈ ਕਿ ਜੇਕਰ ਪੰਜਾਬ ਦੇ ਗਵਾਂਢੀ ਸੂਬਿਆਂ ਦੇ ਵਿੱਚ ਪੰਜਾਬ ਦੇ ਨਾਲੋਂ ਵੱਧ ਪੈਨਸ਼ਨ ਬਜ਼ੁਰਗਾਂ ਦੇ ਲਈ ਦਿੱਤੀ ਜਾ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ? ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਵੀ ਰੁਜ਼ਗਾਰ ਦੀ ਗੱਲ ਕੀਤੀ ਜਾਂਦੀ ਹੈ, ਅਤੇ ਜੇਕਰ ਇਹ ਰੁਜ਼ਗਾਰ ਹੀ ਜਿਹੜਾ ਬਜ਼ੁਰਗਾਂ ਦੀ ਪੈਨਸ਼ਨ ਦੀ ਤਰ੍ਹਾਂ ਢਿੱਲਾ ਮੱਠਾ ਚੱਲਦਾ ਗਿਆ ਤਾਂ ਆਖਿਰ ਬਜ਼ੁਰਗਾਂ ਦਾ ਪੰਜਾਬ ਦੇ ਵਿੱਚ ਹਾਲ ਕੀ ਹੋਵੇਗਾ? ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।